ਸਰਦਾਰ ਰਜਿੰਦਰ ਸਿੰਘ ਜੀ ਬਲ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਮਦਈ ਸ਼੍ਰੋਮਣੀ ਅਕਾਲੀ ਦਲ 'ਚ ਕੁਰਬਾਨੀਆਂ ਕਰਨ ਵਾਲੇ ਉਸ ਪਰਿਵਾਰ ਵਿੱਚ ਆਏ ਹੈ ਜਿਹੜਾ ਇੱਕ ਧਰਮ ਪਤਨੀ ਬੀਬੀ ਅਮਰਜੀਤ ਕੌਰ ਜੀ ਬਲ ਸਾਹਿਬ ਅੱਜ ਪਰਮਾਤਮਾ ਦੇ ਘਰ ਵਿੱਚ ਚਲੇ ਗਏ ਸਾਨੂੰ ਵਿਛੋੜਾ ਦੇ ਕੇ। ਬਹੁਤ ਵੱਡਾ ਅੱਜ ਪਰਿਵਾਰ ਵਿੱਚ ਘਾਟਾ ਪਿਆ, ਬਹੁਤ ਦੁੱਖ ਹੈ, ਬਹੁਤ ਤਕਲੀਫ ਹੈ। ਔਰ ਉਹਨਾਂ ਦੇ ਹੋਣਹਾਰ ਸਪੁੱਤਰ ਸਰਦਾਰ ਤੇਗਾ ਸਿੰਘ ਜੀ ਬਲ ਅਤੇ ਵੱਡੇ ਭਰਾਤਾ ਸਾਹਿਬ ਸਰਦਾਰ ਤੇਜਿੰਦਰ ਸਿੰਘ ਜੀ, ਇਹਨਾਂ ਨੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਜਿੱਥੇ ਪਹਿਰੇਦਾਰੀ ਕੀਤੀ ਹੈ, ਪੰਥਕ ਤੌਰ 'ਤੇ ਵੱਡੀਆਂ ਸੇਵਾਵਾਂ ਕੀਤੀਆਂ। ਮੈਂ ਸਮੇਂ ਦੀ ਕੋਈ ਐਸੀ ਮੋਰਚਾ ਨਹੀਂ ਸੀ, ਕੋਈ ਐਸਾ ਸੰਘਰਸ਼ ਨਹੀਂ ਸੀ ਜਿੱਥੇ ਇਹਨਾਂ ਨੇ ਆਪਣੀ ਭੂਮਿਕਾ ਨਾ ਨਿਭਾਈ ਹੋਵੇ। ਸੋ ਇਹ ਪੁਰਾਣਾ ਪਰਿਵਾਰ ਚੱਲਦਾ ਆ ਰਿਹਾ ਸਰਦਾਰ ਮਾਸਟਰ ਤਾਰਾ ਸਿੰਘ ਜੀ ਵੇਲੇ ਦੇ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸੱਜੀ ਖੱਬੀ ਬਾਹ ਬਣ ਕੇ ਸਰਦਾਰ ਰਜਿੰਦਰ ਸਿੰਘ ਜੀ ਬਲ ਸਾਹਿਬ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ। ਔਰ ਇਸ ਪਰਿਵਾਰ ਦੇ ਵਿੱਚ ਜਿੱਥੇ ਬੀਬੀ ਸਾਡੇ ਪਰਮਿੰਦਰ ਕੌਰ ਜੀ ਪੰਨੂ ਪ੍ਰਧਾਨ ਸਾਹਿਬ ਵੀ ਸਾਰੇ ਪਹੁੰਚੇ ਹੈ, ਉੱਥੇ ਯੂਥ ਵਾਲੇ ਵੀ ਅਤੇ ਸਾਰੇ ਸਾਡੇ ਵਰਕਰ ਪਹੁੰਚੇ ਹੈ। ਮੈਂ ਸਮਝਦੀ ਹਾਂ ਕਿ ਉਹਨਾਂ ਦੀ ਮਾਤਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ, ਕਿਉਂਕਿ ਮਨੁੱਖ ਜਿਹੜਾ ਉਹੀ ਬਾਹਰ ਸੇਵਾ ਕਰ ਸਕਦਾ ਸਮਾਜ ਦੀ, ਉਹੀ ਵਿਅਕਤੀ ਬਾਹਰ ਜਾ ਕੇ ਲੋਕਾਂ ਦੇ ਭਲੇ ਦੇ ਕੰਮ ਕਰ ਸਕਦਾ ਜੇ ਉਹਦੇ ਘਰ ਦੇ ਵਿੱਚ ਕੋਈ ਔਰਤ ਜਿਹੜੀ ਹੈ ਆਪਣੇ ਘਰ ਨੂੰ ਸੰਭਾਲ ਸਕੇ। ਉਹਦੀ ਕੁਰਬਾਨੀ ਇੰਨੀ ਬੜੀ ਵੱਡੀ ਹੈ ਕਿ ਉਹਨਾਂ ਨੇ ਚੰਗੇ ਪਰਿਵਾਰ ਨੂੰ ਸੇਧ ਦਿੱਤੀ, ਚੰਗੇ ਪਰਿਵਾਰਾਂ ਨੇ, ਚੰਗੇ ਉਹਨਾਂ ਦੇ ਸਪੁੱਤਰਾਂ ਨੇ, ਧੀਆਂ ਨੇ ਬਹੁਤ ਵੱਡਾ ਨਾਮ ਨਾਲ ਖੱਟਿਆ ਪੰਜਾਬ ਦੇ ਵਿੱਚ। ਮੈਂ ਉਹਨਾਂ ਨੂੰ ਜਿੱਥੇ ਸ਼ਰਧਾ ਦੇ ਫੁੱਲ ਭੇਂਟ ਕਰਦੀ ਹਾਂ, ਉੱਥੇ ਮਾਤਾ ਜੀ ਦੇ ਇਸ ਪਰਿਵਾਰ ਦੇ ਇਸ ਬਗੀਚੇ ਵਾਸਤੇ ਹਮੇਸ਼ਾ ਚੜ੍ਹਦੀ ਕਲਾ ਦੀ ਅਰਦਾਸ ਕਰਦੀ ਹਾਂ। ਮੈਂ ਸਮਝਦੀ ਹਾਂ ਕਿ ਉਹਨਾਂ ਦਾ ਪਰਮਾਤਮਾ ਆਪਣੇ ਚਰਨਾਂ 'ਚ ਵਾਸ ਕਰੇ। ਮਾਂ ਦਾ ਦਰਜਾ ਅਤੇ ਮਾਂ ਦਾ ਰਿਸ਼ਤਾ ਸੰਸਾਰ ਦੇ ਸਭ ਰਿਸ਼ਤਿਆਂ ਤੋਂ ਉੱਚਾ ਹੁੰਦਾ ਹੈ। ਮਾਂ ਦੇ ਪਿਆਰ ਤੋਂ ਸੱਖਣੇ ਮਨੁੱਖ ਦੀ ਜ਼ਿੰਦਗੀ ਨਾ ਮਾਤਰ ਹੁੰਦੀ ਹੈ। ਅਤੇ ਮਾਂ ਵਾਲੇ ਸਾਰੇ ਹੀ ਗੁਣਾਂ ਨਾਲ ਭਰਪੂਰ ਸਨ ਸਰਦਾਰਨੀ ਅਮਰਜੀਤ ਕੌਰ ਜੀ। ਸਰਦਾਰਨੀ ਅਮਰਜੀਤ ਕੌਰ ਜੀ ਇੱਕ ਬਹੁਤ ਹੀ ਚੰਗੀ ਅਤੇ ਸੰਸਕਾਰੀ ਔਰਤ ਸਨ। ਉਹਨਾਂ ਆਪਣੇ ਬੱਚਿਆਂ ਨੂੰ ਸਹੀ ਸੇਧ ਦੇ ਕੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ, ਜਿਸ ਦੀ ਬਦੌਲਤ ਅੱਜ ਆਪ ਜੀ ਦੇ ਬੱਚੇ ਬਹੁਤ ਹੀ ਸੰਸਕਾਰੀ ਹਨ ਅਤੇ ਸਮਾਜ ਵਿੱਚ ਸ਼ਲਾਘਾਯੋਗ ਸਥਾਨ ਰੱਖਦੇ ਹਨ। ਸਰਦਾਰਨੀ ਅਮਰਜੀਤ ਕੌਰ ਬਲ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। Thank you.
ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਤੋਂ ਇਲਾਵਾ ਕਈ ਉੱਚ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ ਅਤੇ ਕੁਝ ਸਖਸ਼ੀਅਤਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਨਿਰਵਾਣ ਕੀਰਤਨ ਗਾਓ ਕਰਤੇ ਕਰ ਨਿਮਕ ਸਿਮਰਤ ਜਤ ਛੁਟੈ ਸੰਤੋ ਸਾਗਰ ਪਾਲ ਉਤਰੀਐ ਜੀ ਕੋ ਬਚਨ ਕੁਮਾਰ ਸੰਤਨ ਕਰ ਸੋ ਗੁਰਪ੍ਰਸਾਦੀ ਕਰੀਐ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਗੁਰੈ ਸੋ ਕਲ ਮੈਂ ਘੱਟ ਘੱਟ ਨਾਨਕ ਨਾ ਜਾਵਾਂ।